ਇਹ ਹੈ ਰਾਜਮਹਿਲ ਟੀਵੀ, ਤੁਹਾਡਾ ਆਪਣਾ ਪੰਜਾਬੀ ਚੈਨਲ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਸ਼ਵ ਦੇ ਉਹਨਾਂ ਚੰਦ ਕੁ ਖੂਬਸੂਰਤ ਤੇ ਵਿਲੱਖਣ ਖੇਤਰਾਂ ਵਿੱਚੋਂ ਇੱਕ ਹੈ ਜਿਸ ਨੂੰ ਕੁਦਰਤ ਨੇ ਅਦਭੁਤ ਸੁਹੱਪਣ, ਅਮੀਰ ਸੱਭਿਆਚਾਰਕ ਵਿਰਸੇ, ਜ਼ਰਖੇਜ਼ ਜ਼ਮੀਨ, ਅਧਿਆਤਮਕ ਦੇਵੀ ਖਜ਼ਾਨਿਆਂ ਤੇ ਸੂਰਬੀਰਤਾ ਜਿਹੇ ਅਪਾਰ ਗੁਣਾਂ ਨਾਲ ਨਵਾਜ਼ਿਆ ਹੈ। ਇਹੀ ਉਹ ਸਰਜ਼ਮੀਂ ਹੈ ਜਿੱਥੇ ਆਰੀਆ ਲੋਕਾਂ ਦਾ ਗੌਰਵਮਈ ਸੱਭਿਆਚਾਰ ਵਿਕਸਿਤ ਹੋਇਆ ਤੇ ਇਸ ਸੱਭਿਆਚਾਰ ਦੇ ਨਕਸ਼ ਅੱਜ ਵੀ ਪੰਜਾਬ ਦੀ ਇਸ ਧਰਤੀ ਤੇ ਵਸੇ ਪਿੰਡਾਂ 'ਚੋਂ ਮਿਲਦੇ ਨੇ। ਇਹੀ ਉਹ ਪਾਕ ਜ਼ਮੀਨ ਹੈ ਜਿਸ 'ਤੇ ਵੇਦਾਂ ਦੀ ਰਚਨਾ ਹੋਈ। ਇਸ ਦੇ ਚੱਪੇ ਚੱਪੇ 'ਤੇ ਸਿੱਖ ਗੁਰੂਆਂ ਦੇ ਮੁਬਾਰਕ ਕਦਮਾਂ ਦੀ ਛਾਪ ਵੇਖੀ ਜਾ ਸਕਦੀ ਹੈ। ਪੰਜਾਬ ਦੇ ਪਿੰਡਾਂ ਦੀ ਤਾਰੀਖ ਬੜੀਆਂ ਦਿਲਚਸਪ ਪਰੰਪਰਾਵਾਂ, ਪ੍ਰਚਲਿਤ ਲੋਕ ਗਾਥਾਵਾਂ ਤੇ ਇਤਿਹਾਸ ਦੀਆਂ ਬਹੁਤ ਹੀ ਮਹੱਤਵਪੂਰਨ ਕੜੀਆਂ ਦਾ ਇੱਕ ਅਮੁੱਕ ਸਿਲਸਿਲਾ ਹੈ। ਪੰਜਾਬ ਦਾ ਹਰ ਪਿੰਡ ਆਪਣੇ ਅੰਦਰ ਇੱਕ ਰੌਚਕ ਇਤਿਹਾਸ ਸਾਂਭੀ ਬੈਠਾ ਹੈ। ਬਹੁਤ ਸਾਰੇ ਪੁਰਾਤਨ ਪਿੰਡ ਆਪਣੀ ਹੋਂਦ ਤੇ ਨਾਮ ਬਦਲਦੀਆਂ ਸਲਤਨਤਾਂ ਵਿੱਚ ਗੁਆ ਚੁੱਕੇ ਹਨ, ਪਰ ਕਈ ਪਿੰਡਾਂ ਵਿੱਚ ਪੁਰਾਣੀ ਸੰਸਕ੍ਰਿਤੀ ਤੇ ਸੱਭਿਆਚਾਰ ਦੇ ਚਿੰਨ੍ਹ ਅੱਜ ਵੀ ਜਿਉਂ ਦੀ ਤਿਉਂ ਵੇਖੇ ਜਾ ਸਕਦੇ ਨੇ, ਜੋ ਇਹਨਾਂ ਪਿੰਡਾਂ ਦੀ ਪੁਰਾਤਨਤਾ ਦੇ ਪ੍ਰਤੀਕ ਹਨ। ਅੱਜ ਅਸੀਂ ਜਿਸ ਪੁਰਾਤਨ ਇਤਿਹਾਸਿਕ ਪਿੰਡ ਦੇ ਦੀਦਾਰ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਉਹ ਹੈ ਦੁਆਬੇ ਦੇ ਜ਼ਿਲ੍ਹਾ ਜਲੰਧਰ ਦਾ ਪ੍ਰਸਿੱਧ ਪਿੰਡ ਮਹਿਤਪੁਰ। ਤਹਿਸੀਲ ਨਕੋਦਰ 'ਚ ਵਸਿਆ ਇਹ ਪਿੰਡ ਨਕੋਦਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਸੁਭਾਇਮਾਨ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੀ ਨੀਂਹ ਮੁਗਲ ਬਾਦਸ਼ਾਹ ਜਲਾਲੂਦੀਨ ਮੁਹੰਮਦ ਅਕਬਰ ਦੇ ਸਮੇਂ ਮੁਹੰਮਦ ਖਾਨ ਨੇ ਰੱਖੀ ਅਤੇ ਇਸ ਉੱਪਰ ਮੰਝ ਰਾਜਪੂਤਾਂ ਦਾ ਕਬਜ਼ਾ ਵੀ ਰਿਹਾ। ਸਿੱਖਾਂ ਦੀ ਚੜ੍ਹਤ ਦੇ ਦੌਰ ਵਿੱਚ ਇਸ ਪਿੰਡ ਮਹਿਤਪੁਰ ਉੱਪਰ ਤਾਰਾ ਸਿੰਘ ਗੈਬਾ ਨੇ ਕਬਜ਼ਾ ਕੀਤਾ ਤੇ ਬਾਅਦ ਵਿੱਚ ਮਹਿਤਪੁਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਿਆ। ਬਰਤਾਨਵੀ ਸਾਮਰਾਜ ਦੇ ਪਹਿਲੇ ਵਰ੍ਹਿਆਂ ਵਿੱਚ ਇੱਥੇ ਮਿਊਂਸੀਪਲ ਕਮੇਟੀ ਹੋਇਆ ਕਰਦੀ ਸੀ, ਜਿਹੜੀ ਈਸਵੀ ਸੰਨ 1886 ਵਿੱਚ ਤੋੜ ਦਿੱਤੀ ਗਈ। ਮਹਿਤਪੁਰ ਦੇ ਨਾਮਕਰਨ ਬਾਰੇ ਦੋ ਧਾਰਨਾਵਾਂ ਨੇ। ਇੱਕ ਤਾਂ ਇਹ ਹੈ ਕਿ ਇੱਥੇ ਮਹਿਤਾ ਗੋ ਤੇ ਲੋਕ ਆ ਕੇ ਵਸੇ, ਜਿਸ ਕਾਰਨ ਇਸ ਦਾ ਨਾਮ ਮਹਿਤਪੁਰ ਪੈ ਗਿਆ। ਦੂਸਰੀ ਧਾਰਨਾ ਇਹ ਹੈ ਕਿ ਪਿੰਡ ਦੇ ਮਹੰਤਾਂ ਦੀ ਦੂਰ ਦੂਰ ਤੱਕ ਮਾਨਤਾ ਸੀ ਤੇ ਉਦੋਂ ਇਸ ਦਾ ਨਾਮ ਮਹੰਤਪੁਰ ਸੀ, ਜੋ ਹੌਲੀ ਹੌਲੀ ਮਹਿਤਪੁਰ ਬਣ ਗਿਆ। ਹਾਂਜੀ, ਇਸ ਵੇਲੇ ਬਾਬਾ ਰਾਮਲੋ ਜੀ ਦੀ ਜਗ੍ਹਾ ਹੈਗੀ ਆ ਜਿੱਥੇ ਬਾਬਾ ਜੀ ਨੇ ਮਤਲਬ ਆਪਣੇ ਚੋਲਾ ਛੱਡਿਆ ਸੀਗਾ। ਇਹਨਾਂ ਨਾਮ ਬਾਬਾ ਰਾਮਲੋ ਜੀ ਆ। ਇਹਨਾਂ ਦੇ ਕਾਫੀ ਪਰੰਪਰਾ, ਕਾਫੀ ਚਿਰ ਤੋਂ ਇਹ
ਅੱਜ ਪੰਜ ਸੌ ਸਾਢੇ ਪੰਜ ਸਾਲ ਤੋਂ ਪਹਿਲਾਂ ਇਹ ਹੋ ਚੁੱਕੇ ਆ। ਔਰ ਜਿਹੜਾ ਉਹ ਜਿਹੜਾ ਜਿਹੜਾ ਗੇਟ ਹੈਗਾ ਪਰੇ ਹੈਗਾ ਉਹ ਇੱਥੇ ਮੋਹਰੇ ਹੁੰਦਾ ਸੀ, ਇੱਦਾਂ ਨੀਵਾਂ ਹੁੰਦਾ ਸੀਗਾ। ਇੱਕ ਪੀਰ ਮੁਹੰਮਦ ਪਠਾਨ ਜਿਹੜਾ ਜੈਪੁਰ ਤੋਂ, ਉਹਨੂੰ ਪਤਾ ਲੱਗਾ ਵੀ ਬਾਬਾ ਜੀ ਦੀ ਸ਼ਕਤੀ ਬੜੀ, ਮੈਂ ਵੀ ਬਾਬਾ ਜੀ ਮੈਂ ਦਰਸ਼ਨ ਕਰਕੇ ਆਵਾਂ। ਉਹ ਜਦ ਉਹ ਜਿਹੜਾ ਪੀਰ ਮੁਹੰਮਦ ਸੀ ਉਹ ਸ਼ੇਰ 'ਤੇ ਸਵਾਰ ਸੀਗਾ, ਜਦ ਸ਼ੇਰ 'ਤੇ ਸਵਾਰ ਹੋ ਕੇ ਇੱਥੇ ਬਾਬਾ ਜੀ ਦੇ ਕੋਲ ਆਇਆ ਅਤੇ ਬਾਬਾ ਜੀ ਇੱਦਾਂ ਆਪਣੀ ਭਗਤੀ ਜੀ 'ਤੇ ਬੈਠੀ ਸੀ ਅਤੇ ਅੱਖ ਖੁੱਲ੍ਹੀ ਅਤੇ ਉਹ ਸ਼ੇਰ 'ਤੇ ਜਿਹੜਾ ਪੀਰ ਮੁਹੰਮਦ ਪਠਾਨ ਜਿਹੜਾ ਉਹ ਆਇਆ ਸੀਗਾ। ਕਹਿੰਦੇ ਬਾਬਾ ਜੀ ਮੇਰੇ ਨਾਲ ਚੱਲੋ, ਆਓ ਆਪਾਂ ਸੈਰ ਕਰਨ ਚਲੀ ਗਏ ਆਪਾਂ। ਉਹ ਕਹਿਣ ਲੱਗਿਆ ਜੀ ਮੈਂ ਬਾਬਾ ਕਹਿੰਦੇ ਚਲੋ ਮੈਂ ਥੋੜ੍ਹੇ ਮੁਗਰੇ ਆਇਆ, ਨਹੀਂ ਉਹ ਨਾ ਥੋੜ੍ਹਾ ਜਿਹਾ ਛੇਦ ਉੱਤੇ ਕੇ ਬਾਬੇ ਜੀ ਕੋਲ ਬਹਿ ਕੇ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ। ਜਦੋਂ ਬਾਬੇ ਜੀ ਉਹ ਕਹਿੰਦੇ ਕਦ ਭਗਤਾ ਤੂੰ ਚੱਲ, ਉਹ ਹਟਿਆ ਹੀ ਨਾ। ਅਤੇ ਜਦੋਂ ਬਾਬੇ ਜੀ ਫਿਰ ਕੰਧ ਥਾਪੀ ਦਿੱਤੀ ਤਾਂ ਉਹ ਬਾਬੇ ਜੀ ਕੰਧ ਦੁਆ ਤੋੜ ਕੇ ਤਾਂ ਉਹ ਪਰੇ ਉੱਥੇ ਉਹ ਗੇਟ ਕੋਲ ਲੱਗ ਗਏ। ਮੇਲਾ ਵਿਸਾਖੀ 'ਤੇ 13 ਅਪ੍ਰੈਲ ਨੂੰ ਲੱਗਦਾ ਹਰ ਸਾਲ ਨੂੰ। ਇਹ ਪੁਰਾਤਨ ਜਗ੍ਹਾ ਹੈਗੀ ਆ, ਬੜੇ ਬੜੇ ਦੂਰ ਲੋਕ ਆਉਂਦੇ ਆ, ਅਖੰਡ ਪਾਠ ਵੀ ਰੱਖਦੇ ਆ ਕਿ ਜਗ੍ਹਾ ਦੇ ਉੱਪਰ ਜਿਹੜੀ ਅਸਮਤ ਪੂਰੀ ਹੁੰਦੀ ਆ, ਚਾਹੇ ਕੋਈ ਵੀ ਧਰਮ ਦਾ ਹੋਵੇ। ਔਰ ਮੰਗਲਵਾਰ ਵੀ ਮੇਲਾ ਸ਼ਾਮ ਨੂੰ ਲੱਗਦਾ ਹੈ ਅਤੇ ਜੇ ਪੂਰੀ ਹੁੰਦੀ ਆ ਅਸਮਤ ਪੂਰੀ ਕਰਕੇ ਲੋਕ ਆਪਣਾ ਨਮਸਕਾਰ ਮੱਥਾ ਟੇਕ ਕੇ ਉਹ ਵਾਪਸ ਚਲੇ ਜਾਂਦੇ ਆ। ਹਾਂਜੀ, ਅਤੇ ਇਸ ਕਰਕੇ ਜਗ੍ਹਾ ਦੀ ਪ੍ਰਾਪਤੀ ਇਹ ਵੀ ਪਹਿਲੇ ਨਾਂ ਪਹਿਲਾਂ ਮਹੰਤਪੁਰ ਸੀਗਾ, ਉਦੋਂ ਬਾਅਦ ਫਿਰ ਨਾਥਪੁਰ ਬਣਿਆ। ਮਹਿਤਪੁਰ ਦੇ ਆਲੇ ਦੁਆਲੇ 26 ਪੀਰਾਂ ਫਕੀਰਾਂ ਦੀਆਂ ਕਬਰਾਂ ਹਨ। ਇਹਨਾਂ ਸਾਰਿਆਂ ਦੇ ਗੁਰੂ ਬਾਬਾ ਰਾਮ ਮਾਲੋ ਜੀ ਸਨ, ਜਿਨ੍ਹਾਂ ਦੀ ਸਮਾਧ 'ਤੇ ਹਰ ਮੰਗਲਵਾਰ ਮੇਲਾ ਲੱਗਦਾ ਹੈ। ਉਹਨਾਂ ਤੋਂ ਇਲਾਵਾ ਬਾਬਾ ਸੁਧਾਰ ਜੀ, ਸਾਰ ਪੀਰ ਕੇਲੇ ਜੀ ਵੀ ਬਹੁਤ ਪ੍ਰਸਿੱਧ ਹਨ। ਬਾਬਾ ਪੇਰੋ ਸ਼ਾਹ ਦੀ ਕਬਰ ਦੀ ਮਿੱਟੀ ਅੱਜ ਵੀ ਲੋਕ ਉਹਨਾਂ ਦੇ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਦੇ ਹਨ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਇਹਨਾਂ ਪੀਰਾਂ ਫਕੀਰਾਂ ਕੋਲ ਆਉਂਦੇ ਜਾਂਦੇ ਰਹਿੰਦੇ ਸਨ।
18ਵੀਂ ਸਦੀ ਵਿੱਚ ਬੀਕਾਨੇਰ ਵਿੱਚ ਕਾਲ ਪੈ ਗਿਆ ਤੇ ਉਜੜੇ ਲੋਕਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਮਹਿਤਪੁਰ ਦੀ ਮਾਤਾ ਮਹਿਤਾਬ ਕੌਰ ਨੇ ਲਈ। ਉਹ ਉਸ ਸਮੇਂ ਦੇ ਤਕੜੇ ਧਨੀ ਸ਼ਾਹ ਸਨ ਤੇ ਉਹਨਾਂ ਲੰਮੇ ਸਮੇਂ ਤੱਕ ਲੋਕਾਂ ਦੇ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ। ਉਜੜੇ ਲੋਕਾਂ ਨੇ ਮਾਤਾ ਦੇ ਸ਼ੁਕਰਾਨੇ ਵਜੋਂ ਇੱਕ ਤਲਾਬ ਦੀ ਖੁਦਵਾਈ ਕੀਤੀ ਜੋ ਮਾਤਾ ਮਹਿਤਾਬ ਕੌਰ ਤਲਾਬ ਦੇ ਨਾਮ ਨਾਲ ਮਸ਼ਹੂਰ ਹੈ। ਭਗਤ ਬੰਦਗੀ ਵਿੱਚ ਸਤਿਕਾਰੇ ਜਾਂਦੇ ਭਗਤ ਧਿਆਨ ਚੰਦ ਦਾ ਕਹਿਣਾ ਹੈ ਕਿ ਉਹਨਾਂ ਹਰਿਦੁਆਰ ਤੋਂ ਸਾਰੀ ਬੰਸਾਵਲੀ ਵੇਖ ਕੇ ਪਤਾ ਕੀਤਾ ਹੈ ਕਿ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਇਸੇ ਪਿੰਡ ਮਹਿਤਪੁਰ ਦੇ ਸਨ। ਉਹ ਮੰਜਾਲ ਬ੍ਰਾਹਮਣ ਸਨ ਤੇ ਉਹਨਾਂ ਦਾ ਗੋਤ ਝੱਬਰ ਸੀ। ਪਿੰਡਾਂ ਵਿੱਚ ਛਿੰਝ ਪਾਉਣ ਵਾਲੇ ਸਾਈਂ ਜੀ ਵੀ ਇਸੇ ਹੀ ਪਿੰਡ ਦੇ ਵਸਨੀਕ ਸਨ। ਇੱਥੋਂ ਦੇ ਸੰਤ ਭਾਗ ਰਾਮ ਵੀ ਬਹੁਤ ਪ੍ਰਸਿੱਧ ਹੋਏ ਹਨ। ਚਿੰਤਪੁਰਨੀ ਮੰਦਿਰ ਵਿੱਚ ਲੱਗੀ ਹੋਈ ਮਹਾਸ਼ਕਤੀ ਛਿਰਮਸਤਿਕਾ ਦੀ ਮੂਰਤੀ ਮਹਿਤਪੁਰੋਂ ਹੀ ਉੱਥੇ ਲਿਜਾਈ ਗਈ ਸੀ। ਸਾਵਣ ਦੀ ਮੱਸਿਆ ਨੂੰ ਇੱਥੇ ਮਾਤਾ ਦਾ ਮੇਲਾ ਲੱਗਦਾ ਹੈ ਤੇ ਝੰਡਾ ਚਿੰਤਪੁਰਨੀ ਜਾਂਦਾ ਹੈ ਤੇ ਉੱਥੋਂ ਮੇਲੇ ਦਾ ਸ਼ੁਭ ਆਰੰਭ ਹੁੰਦਾ ਹੈ। ਕਈ ਸਦੀਆਂ ਦੇ ਇਤਿਹਾਸ ਨੂੰ ਨਿਹਾਰਦਾ ਅਤੇ ਸਮੇਂ-ਸਮੇਂ ਸਿਰ ਬਦਲਦੀਆਂ ਹਕੂਮਤਾਂ ਦੇ ਵਿਕਾਸ ਅਤੇ ਵਿਨਾਸ਼ ਦੀਆਂ ਹਕੀਕਤਾਂ ਦਾ ਜ਼ਾਮਿਨ ਮਹਿਤਪੁਰ ਹੁਣ ਆਪਣਾ ਤਾਰੀਖੀ ਮੂੰਹ ਮੁਆਂਦਰਾ ਗੁਆ ਚੁੱਕਾ ਹੈ। ਗਿਆਨ, ਵਿਗਿਆਨ ਅਤੇ ਤਕਨੀਕੀ ਵਿਕਾਸ ਦੇ ਇਸ ਅਜੋਕੇ ਦੌਰ ਵਿੱਚ ਮਹਿਤਪੁਰ ਇੱਕ ਰੌਣਕ ਭਰਪੂਰ ਕਸਬੇ ਤੋਂ ਹੌਲੀ-ਹੌਲੀ ਸ਼ਹਿਰ ਦਾ ਰੂਪ ਵਟਾਉਣ ਲੱਗ ਪਿਆ ਹੈ। ਮਹਿਤਪੁਰ ਦੇ ਵਸਨੀਕਾਂ ਨੂੰ ਭਾਵੇਂ ਇਸ ਇਤਿਹਾਸਿਕ ਕਸਬੇ ਵਿੱਚ ਅੱਜ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੌਜੂਦ ਹਨ, ਪਰ ਤਾਲੀਮ ਦੇ ਖੇਤਰ 'ਚ ਇਹ ਸਰਕਾਰੀ ਸੰਗਦਿਲੀ ਅਤੇ ਬੇਰੁਖੀ ਦਾ ਸ਼ਿਕਾਰ ਹੋਇਆ ਹੈ। ਅੱਜ ਜਦੋਂ ਕਿ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਦੇਣ ਵਾਲੀਆਂ ਅਤਿਆਧੁਨਿਕ ਵਿਗਿਆਨਕ ਤਕਨੀਕਾਂ ਅਤੇ ਯੁਗਤਾਂ ਦਾ ਪਾਸਾਰ ਹੋਇਆ ਹੈ, ਉਸ ਲਿਹਾਜ਼ ਨਾਲ ਮਹਿਤਪੁਰ ਦੇ ਇਸ ਸਰਕਾਰੀ ਸਹਾਇਤਾ ਵਾਲੇ ਸਕੂਲ ਦੀ ਹਾਲਤ ਚਿੰਤਾਜਨਕ ਹੈ, ਕਿਉਂਕਿ ਪੱਕੇ ਸਟਾਫ ਦੀ ਘਾਟ, ਫੰਡਾਂ ਦੀ ਲੋੜ ਅਤੇ ਹੋਰ ਬਹੁਭਾਂਤੀ ਸਹੂਲਤਾਂ ਦੀ ਅਣਹੋਂਦ ਕਾਰਨ ਇਹ ਵਿੱਦਿਅਕ ਅਦਾਰਾ ਪਛੜਿਆ ਹੀ ਜਾਪਦਾ ਹੈ। ਜਿਹੜੀਆਂ ਮਰਦਾਂ ਬਾਹਰੋਂ ਆਉਂਦੀਆਂ ਨੇ ਉਹ ਬਹੁਤ ਥੋੜ੍ਹੀਆਂ ਨੇ। ਜਿਹੜੀ ਗੌਰਮੈਂਟ ਦੀ ਸਕੀਮ ਹੈ ਉਹ ਇਹਨਾਂ ਸਕੂਲਾਂ ਨੂੰ ਬਿਲਕੁਲ ਇਗਨੋਰ ਕਰ ਰਹੀ ਹੈ। ਬਹੁਤ ਘੱਟ ਗ੍ਰਾਂਟਾਂ ਦੇ ਰਿਹਾ, ਕਈ ਵਾਰੀ ਤਨਖਾਹਾਂ ਵੀ ਨਹੀਂ ਦੇ ਰਿਹਾ। ਤਕਰੀਬਨ ਟੀਚਰ ਸਾਰੇ ਪ੍ਰਾਈਵੇਟ ਹੋ ਗਏ ਨੇ ਅਤੇ ਅਸੀਂ ਹੁਣ ਇਹੀ ਸੋਚਣ ਡਿਆ ਵੀ ਹਾਰ ਕੇ ਅਸੀਂ ਗੌਰਮੈਂਟ ਨੂੰ ਸਕੂਲ ਦੇ ਦਈਏ, ਸਾਡੇ ਹੁਣ ਵਾਸਤਾ ਰੋਕ ਨਹੀਂ ਰਿਹਾ, ਕਿਉਂਕਿ ਇੰਨੇ ਪੈਸੇ ਸਾਡੇ ਕੋਲ ਇਕੱਠੇ ਨਹੀਂ ਹੁੰਦੇ ਜਿੰਨੇ ਸਾਡੇ ਖਰਚੇ ਹੈਗੇ। ਉੱਧਰ ਦੂਜੇ ਪਾਸੇ ਮਿਆਰੀ ਗੈਰ ਸਰਕਾਰੀ ਸਕੂਲਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਆਈ ਤਬਦੀਲੀ ਨੇ ਹਰ ਆਮੋ ਖਾਸ ਨੂੰ ਆਕਰਸ਼ਿਤ ਕੀਤਾ ਹੈ। ਇਹ ਗੈਰ ਸਰਕਾਰੀ ਵਿੱਦਿਅਕ ਅਦਾਰਾ ਮਹਿਤਪੁਰ ਦੀ ਤਰੱਕੀ 'ਚ ਇੱਕ ਮੀਲ ਪੱਥਰ ਕਿਹਾ ਜਾ ਸਕਦਾ ਹੈ। ਅਤਿਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਜ਼ਹੀਨ ਸਟਾਫ ਵਾਲੇ ਇਸ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਉੱਤੇ ਧਿਆਨ ਦਿੱਤਾ ਜਾਂਦਾ ਹੈ। ਦੇਖੋ, ਮੋਸਟਲੀ ਬੈਲਟ ਜਿਹੜੀ NRI ਬੈਲਟ ਆ, ਬਟ ਅੱਜ ਵੀ ਮੀਨਸ ਜ਼ਿਆਦਾ ਲੋਕ, ਚਲੋ ਕੁਛ ਬਹੁਤ ਚੇਂਜਿੰਗ ਆ ਗਈਆਂ ਸਮੇਂ ਦੇ ਨਾਲ, ਗਲੋਬਲ ਹੋ ਗਿਆ, ਬਟ ਉਸ ਵੇਲੇ ਤਾਂ ਇਹ ਚੀਜ਼ ਲੱਗਦਾ ਸੀਗਾ ਵੀ ਲੋਕਾਂ ਦਾ ਜਿਹੜਾ ਝੁਕਾਅ ਵਾ ਜ਼ਰੂਰ ਹੈਗਾ ਵਾ, ਮੀਨਸ ਵੀ ਅਸੀਂ ਫੋਰਨ ਜਾਈਏ, ਇਸ ਤਰ੍ਹਾਂ ਕਰੀਏ, ਉਸ ਤਰ੍ਹਾਂ ਕਰੀਏ, ਬਟ ਐਜੂਕੇਸ਼ਨ ਉਦੋਂ ਵੀ ਮੀਨਸ ਵਿਸਰੀ ਹੋਈ ਸੀਗੀ ਮਨਾਂ ਦੇ ਵਿੱਚੋਂ। ਤਾਂ ਉਸ ਵੇਲੇ ਮੀਨਸ ਸਾਡਾ ਇਹ ਜਿਹੜਾ ਇਸ ਚੀਜ਼ ਨੂੰ ਤਿਆਰ ਕਰਨ ਦਾ ਮਨ ਬਣਿਆ ਕਿ ਏਰੀਏ ਦੇ ਵਿੱਚ ਕੋਈ ਅੱਛਾ ਇੰਸਟੀਟਿਊਟ, ਵੀ ਸੈਂਟਰ ਬੋਰਡ ਦਾ ਕੋਈ ਅੱਛਾ ਇੰਸਟੀਟਿਊਟ ਜਿਹੜਾ ਇਸ ਏਰੀਏ ਦੇ ਵਿੱਚ ਲੈ ਕੇ ਆਉਂਦਾ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਕਮੀ ਪੂਰੀ ਹੋ ਸਕੇ। ਐਵਰੀ ਈਅਰ ਸਟਾਰਟਿੰਗ ਦੇ ਵਿੱਚ ਅਸੀਂ ਪੇਰੈਂਟਸ ਨੂੰ ਅਪਰੋਚ ਕਰਦੇ ਹਾਂ, ਸਪੈਸ਼ਲੀ ਇਸ ਚੀਜ਼ ਨੂੰ ਅਸੀਂ ਬੱਚੇ ਲੈਣ ਨਹੀਂ ਜਾ ਰਹੇ, ਅਸੀਂ ਇਹ ਦੇਖਣ ਜਾ ਰਹੇ ਕਿ ਇਸ ਪੂਰੇ ਸਾਲ ਦੇ ਵਿੱਚ ਜੇ ਕਿਸੇ ਵੀ ਤਰ੍ਹਾਂ ਦੀਆਂ ਸਕੂਲ ਦੇ ਵਿੱਚ ਕਮੀਆਂ ਰਹੀਆਂ ਜਿਹੜੀਆਂ ਉਹਨਾਂ ਨੂੰ ਖਟਕੀਆਂ ਸਾਰਾ ਸਾਲ ਵੀ ਇਹ ਕਮੀ ਸੀਗੀ, ਜੇ ਸਾਡੇ ਪਲੱਸ ਪੁਆਇੰਟਸ ਆ ਤਾਂ ਡੈਫੀਨੇਟਲੀ ਉਹ ਵੀ ਸਾਡੇ ਨਾਲ ਸ਼ੇਅਰ ਕਰਦੇ ਆ, ਜੇ ਕਮੀਆਂ ਤਾਂ ਉਹ ਵੀ ਸਾਡੇ ਨਾਲ ਪੇਰੈਂਟਸ ਸ਼ੇਅਰ ਕਰਦੇ ਆ, ਫਿਰ ਉਹਨੂੰ ਡੈਫੀਨੇਟਲੀ ਸੋਰਟ ਆਊਟ ਹੁੰਦਾ। ਹਰ ਚੀਜ਼ ਦੀ ਇੱਕ ਰੈਸਿਪੀ ਹੁੰਦੀ ਹੈ, ਅਸੀਂ ਮੈਂ ਕਹਿੰਦਾ ਘਰ ਦੇ ਵਿੱਚ ਕੋਈ ਸਬਜ਼ੀ ਵੀ ਬਣਾਉਣੀ ਹੈ ਨਾ, ਉਹਦੀ ਅਗਰ ਰੈਸਿਪੀ ਨਾ ਕਲੀਅਰ ਹੋਈ ਤਾਂ ਆਪਾਂ ਕੁਛ ਨਹੀਂ ਬਣਾ ਸਕਾਂਗੇ।
ਤੁਹਾਨੂੰ ਉਹਨਾਂ ਦੀ ਮੈਂਟਲ ਸਿਚੁਏਸ਼ਨ ਨੂੰ ਸਮਝਣਾ ਪੈਣਾ। ਈਵਨ ਮੈਂ ਤਾਂ ਕਹਿੰਦਾ ਬੱਚੇ ਦੀ ਬੈਕਗਰਾਊਂਡ ਤੱਕ ਸਮਝਣੀ ਪੈਂਦੀ ਹੈ, ਫਿਰ ਆਪਾਂ ਨੂੰ ਉੱਥੇ ਤੱਕ ਜਾ ਕੇ ਗੱਲ ਕਰਨੀ ਹੈ ਕਿ ਹਾਂ ਅਸੀਂ ਕਿਸ ਲੈਵਲ 'ਤੇ ਜਾ ਕੇ ਗੱਲ ਕਰਨੀ। ਹਰੇਕ ਫੀਲਡ ਦੇ ਵਿੱਚ ਹੀ ਜਿਹੜੀ ਆ ਸਾਡੇ ਸਕੂਲ ਦੇ ਵਿੱਚ ਲਾਈਕ ਐਜ ਅਥਲੈਟਿਕ, ਇਸ ਤੋਂ ਇਲਾਵਾ ਜਿਹੜਾ ਵਾਲੀਬਾਲ ਦੀਆਂ ਗੇਮਸ ਹੈਗੀਆਂ ਆ, ਤੁਸੀਂ ਬਾਸਕਟਬਾਲ ਦੀ ਗਰਾਊਂਡ ਦੇਖ ਰਹੇ ਹੋ, ਕਬੱਡੀ, ਨੈਸ਼ਨਲ ਸਟਾਈਲ, ਪੰਜਾਬ ਸਟਾਈਲ, ਇਹ ਸਾਰੀਆਂ ਜਿਹੜੀਆਂ ਹਰੇਕ ਫੀਲਡ ਦੇ ਵਿੱਚ ਜਿਹੜਾ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਜਿਹੜੇ ਆ ਸਾਡੇ ਇਸ ਲੈਵਲ ਦੇ ਇੱਥੋਂ ਨਿਕਲ ਕੇ ਵਧੀਆ ਪਲੇਅਰ ਜਿਹੜੇ ਆ ਬਣ ਸਕਣ। ਜਦੋਂ ਸਰਕਾਰ ਲੋਕਾਂ ਦੀਆਂ ਆਸਾਂ 'ਤੇ ਖਰੀ ਨਾ ਉਤਰ ਕੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਆਪਣੇ ਮੁੱਢਲੇ ਫਰਜ਼ ਨੂੰ ਵੀ ਅਣਗੌਲਿਆ ਕਰਦੀ ਹੈ, ਤਾਂ ਉੱਥੇ ਅਜਿਹੇ ਉੱਚ ਪੱਧਰ ਵਾਲੇ ਗੈਰ ਸਰਕਾਰੀ ਸਕੂਲ ਹੀ ਮਹਿਤਪੁਰ ਵਰਗੇ ਕਸਬਿਆਂ ਦੀ ਸ਼ਾਨ ਬਣਦੇ ਨੇ।